ਆਪਕਾ ਖੋਚੋਰ ਕੈਸਾ ਥਾ? ਮੈਂ ਤਾਂ ਵੀ ਖੋਚੋਰ ਤਾਂ ਨਹੀਂ ਆਇਆ, ਮੈਂ ਟੈਸਲਾ ਤੇ ਆਇਆ। ਤੁਸੀਂ ਸਾਰੇ ਖੱਚਰਾਂ ਦੇ ਆਏ, ਮੈਂ ਟੈਸਲਾ ਤੇ ਆਇਆ, ਆਟੋ ਪਾਇਲਟ ਦੇ। ਤੁਹਾਡੀ ਟੈਸਲਾ ਕਿਵੇਂ ਦੀ ਸੀ? ਇਹ ਬਹੁਤ ਜ਼ਿਆਦਾ ਵਧੀਆ, ਟੈਸਲਾ ਤੋਂ ਵੀ ਉੱਪਰ ਦੀ ਹੈਗਾ। ਆਪਾਂ ਜਾਂਦੇ ਹੋਏ ਆਪਾਂ ਗਏ ਸੀਗੇ ਮੇਰੇ ਖਿਆਲ 7 ਘੰਟਿਆਂ ਦੇ ਵਿੱਚ, ਔਰ ਆਉਂਦੇ ਹੋਏ 1 ਘੰਟਾ ਪਹਿਲਾਂ ਤਾਂ 1.25 ਘੰਟਾ ਇੱਥੇ, 1.25 ਘੰਟਿਆਂ 'ਚ ਆ ਗਏ। ਇਹਨਾਂ ਨੂੰ ਵੇਖ ਕੇ ਪਿਆਰ ਆਉਣ ਡਿਆ, ਅਤੇ ਇਹਨਾਂ ਟੀ ਸ਼ਰਟਾਂ 'ਤੇ ਲਿਖਿਆ ਬਹੁਤ ਗੂੜਾ ਪਿਆਰ। ਮਤਲਬ ਇਹ ਸਦਾ ਜੀ ਇੰਨਾ ਪਿਆਰ ਕਿੱਦਾਂ? ਦੇਖੋ ਜੀ, ਇਹ ਮੇਰਾ ਸਾਲੇ ਸਾਹਿਬ ਨੇ ਪਾ ਕੇ ਇਸ ਕਰਕੇ ਆਇਆ ਕਿ ਹਾਂ ਵੀ ਪਤਾ ਲੱਗੇ ਕਿ ਹਾਂ ਵੀ ਪਿਆਰ ਹੈਗਾ, ਜਿਹੜਾ ਘੱਟ ਹੀ ਆ ਨਾ ਉਹ ਵੀ ਵੱਧ ਹੋ ਜਾਏ। ਕਹਿੰਦਾ ਮੇਰੇ ਕੋਲੋਂ ਤੁਰਿਆ ਨਹੀਂ ਜਾਣਾ, ਮੈਂ ਕਿਹਾ ਅਰਦਾਸ ਕਰ। ਸਵੇਰੇ ਅਰਦਾਸ ਕੀਤੀ ਨੇ ਗੁਰੂ ਗੋਬਿੰਦ ਧਾਮ, ਕਹਿੰਦਾ ਪੁੱਲਾਂ ਤੱਕ ਜਾਵਾਂਗਾ, ਉਸ ਤੋਂ ਬਾਅਦ ਮੈਂ ਘੋੜਾ ਕਰ ਲਵਾਂਗਾ। ਬਾਬਾ ਜੀ ਨੇ ਕੀ ਬਖਸ਼ਿਸ਼ ਕੀਤੀ, ਕਹਿੰਦਾ ਕਿ ਤੈਨੂੰ ਥੱਲੇ ਲੈ ਕੇ ਜਾਣਾ, ਘੋੜੇ ਬਿਨਾਂ ਹੀ ਲੈ ਕੇ ਜਾਣਾ। ਹਾਂ, ਇਹ ਜਿਹੜਾ ਸਾਡਾ ਗੂੜਾ ਪਿਆਰ ਹੈ ਨਾ, ਖਿਸਦਾ ਖਿਸਦਾ ਥੱਲੇ ਲੈ ਆਇਆ। ਭਾਈ ਸਾਹਿਬ ਥੋੜ੍ਹੇ ਜਿਹੇ ਮਨ ਜਿਹੜਾ ਨਾ ਭਾਈ ਸਾਹਿਬ ਹੋਣਾ ਦਾ ਭਾਵੁਕ ਹੋ ਗਿਆ ਦਰਸ਼ਨ ਕਰਕੇ। ਮਤਲਬ ਇਹ ਮਹਾਰਾਜ ਨਾਲ ਤੁਹਾਡਾ ਪਿਆਰ ਹੈ ਜੀ, ਜਿਹੜਾ ਤੁਸੀਂ ਤੁਹਾਡੀਆਂ ਅੱਖਾਂ ਦੇ ਵਿੱਚ ਨਵੀਂ ਆ ਨਾ, ਇਹ ਪਿਆਰ ਆ, ਇਹ ਇਹ ਮਹਾਰਾਜ ਦਾ ਪਿਆਰ ਹੀ ਤੁਹਾਨੂੰ ਲੈ ਕੇ ਆਉਂਦਾ। ਬਿਲਕੁਲ, ਇਹ ਤਾਂ ਹੈ ਜੀ। ਕਿਵੇਂ ਦਾ ਰਿਹਾ ਜੀ ਫਿਰ ਤੁਹਾਡਾ ਸਫ਼ਰ, ਕੈਸਾ ਰਿਹਾ ਤੁਹਾਡਾ ਸਫ਼ਰ? ਬਹੁਤ ਵਧੀਆ ਰਿਹਾ। ਮੇਰੇ ਵਾਲੇ ਘੋੜੀ ਜਿਹੜੀ ਇੱਕ ਸਾਈਡ ਨੂੰ ਜਾਈ ਜਾਂਦੀ, ਮੈਂ ਲੋਕਾਂ ਨੂੰ ਪਰੇ ਕੀਤਾ ਸਾਈਡ ਹੋ ਜਾਓ, ਕਈਆਂ ਦੇ ਬੈਗ ਵੱਜੇ, ਇੱਕ ਸਾਈਡ ਨੂੰ ਜਾਈ ਜਾਂਦੀ। ਮੈਂ ਕਿਹਾ ਸ਼ਾਇਦ ਇਹਨੂੰ ਸੱਜੇ ਰਸਤੇ ਦਾ ਪਤਾ ਹੀ ਨਹੀਂ ਹੈਗਾ। ਮੇਲਾ ਤਾਂ ਉਹ ਕੰਨੀ ਖਾਂਦੀ ਹੋਣੀ ਨਾ। ਨਹੀਂ ਪਰ ਵਧੀਆ, ਉਹ ਰਾਜੇ ਦਾ ਘੋੜਾ ਪਿੱਛੇ ਆਇਆ, ਕਹਿੰਦਾ ਇਸ ਕੋ ਰੋਕੋ, ਇਹ ਡਾਂਗ ਮਾਰ ਰਿਹਾ। ਮੇਰੇ ਵਾਲਾ ਘੋੜਾ ਪਿੱਛੇ ਵਾਲੇ ਤਾਂ ਟੰਗਾਂ ਮਾਰੀ ਜਾਂਦਾ। ਆ ਗਏ ਜੀ, ਭਾਅ ਜੀ ਹੁਣੀ ਵੀ ਆ ਗਏ ਨੇ, ਅਤੇ ਮੇਲਾ ਦਾ ਵੀ ਐਕਸਪੀਰੀਅੰਸ ਪੁੱਛਦੇ ਹਾਂ। ਸਰ ਕਿਵੇਂ ਲੱਗਿਆ ਜੀ? ਬਹੁਤ ਜ਼ਿਆਦਾ ਵਧੀਆ, ਬਹੁਤ ਹੀ ਜ਼ਿਆਦਾ ਵਧੀਆ, ਨਜ਼ਾਰਾ ਆ ਗਿਆ। ਤੀਰਥ ਭਾਅ ਜੀ ਕਿੱਦਾਂ? ਓਕੇ ਜੀ, ਓਕੇ ਓਕੇ ਓਕੇ। ਲਓ ਜੀ, ਕਹਿੰਦੇ ਬਹੁਤ ਮਜ਼ਾ ਆਇਆ, ਇੱਧਰ ਸਾਡੇ ਅਨਮੋਲ ਜੀ ਰਹਿੰਦੇ ਨੇ। ਆਪਕਾ ਖੋਚੋਰ ਕੈਸਾ ਥਾ? ਮੈਂ ਤਾਂ ਵੀ ਖੋਚੋਰ ਤਾਂ ਨਹੀਂ ਆਇਆ, ਮੈਂ ਟੈਸਲਾ ਤੇ ਆਇਆ। ਤੁਸੀਂ ਸਾਰੇ ਖੱਚਰਾਂ ਦੇ ਆਏ, ਮੈਂ ਟੈਸਲਾ ਤੇ ਆਇਆ, ਆਟੋ ਪਾਇਲਟ ਦੇ ਸੀ। ਤਾਂ ਤੁਸੀਂ ਦੇਖੋ ਜੀ ਸਾਰੇ, ਹੁਣ ਆਪਣਾ ਸਮਾਨ ਜਿਹੜਾ ਆਪਾਂ ਲਾ ਲਈਏ ਜਰਾ ਟੈਸਲਾ ਤੋਂ। ਭਾਅ ਜੀ ਆ ਗਏ ਨੇ ਥੱਲੇ, ਅਤੇ ਭਾਅ ਜੀ ਦਾ ਐਕਸਪੀਰੀਅੰਸ ਅਤੇ ਭਾਅ ਜੀ ਦਾ ਵੈਲਕਮ ਕਰ ਲਈਏ। ਸਰ ਜੀ ਬਹੁਤ ਬਹੁਤ ਸਵਾਗਤ ਹੈ ਜੀ, ਕਿਵੇਂ ਲੱਗਾ ਜੀ? ਤੁਹਾਡੀ ਟੈਸਲਾ ਕਿਵੇਂ ਦੀ ਸੀ? ਇਹ ਬਹੁਤ ਜ਼ਿਆਦਾ ਵਧੀਆ, ਟੈਸਲਾ ਤੋਂ ਵੀ ਉੱਪਰ ਦੀ ਹੈਗਾ। ਮੈਂ ਦੇਖਦਾ ਸੀ ਵੀ ਸਾਨੂੰ ਜਿੱਦਾਂ ਆਫ ਰੋਡਿੰਗ ਦਾ ਸ਼ੌਕ ਆ, ਉੱਥੇ ਵਰਲਡ ਦੇ ਮੋਸਟਲੀ ਬੈਸਟ ਤੋਂ ਬੈਸਟ ਵਹੀਕਲ ਹੈਗੇ ਆ। ਅੱਛਾ ਜੀ, ਪਰ ਇਹ ਤੋਂ ਬਾਰੇ ਕੁਛ ਨਹੀਂਗਾ। ਸ਼ੌਕਰ ਕਿਵੇਂ ਦੇ ਸੀ ਇਹਦੇ? ਬਹੁਤ ਵਧੀਆ, ਬਹੁਤ ਜ਼ਿਆਦਾ ਵਧੀਆ, ਬਹੁਤ ਜ਼ਿਆਦਾ ਵਧੀਆ, ਪੂਰਾ ਨਜ਼ਾਰਾ ਆਇਆ। ਔਰ ਤੁਸੀਂ ਇਹ ਦੇਖੋ, ਆਪਾਂ ਜਾਂਦੇ ਹੋਏ ਆਪਾਂ ਗਏ ਸੀਗੇ ਮੇਰੇ ਖਿਆਲ 7 ਘੰਟਿਆਂ ਦੇ ਵਿੱਚ, ਔਰ ਆਉਂਦੇ ਹੋਏ 1 ਘੰਟਾ ਪਹਿਲਾਂ ਤਾਂ 1.25 ਘੰਟਾ ਇੱਥੇ, 1.25 ਘੰਟਿਆਂ 'ਚ ਆ ਗਏ। ਪਰ ਬਹੁਤ ਹੀ ਜ਼ਿਆਦਾ ਵਧੀਆ ਐਕਸਪੀਰੀਅੰਸ, ਇੰਨਾ ਜ਼ਿਆਦਾ ਵਧੀਆ ਸੀ। ਪਰ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਵੀ ਜਿਹੜੇ ਬੰਦੇ ਨਹੀਂ ਤੁਰ ਸਕਦੇ, ਜਿਹੜੇ ਫਿੱਟ ਨਹੀਂ ਹੈਗੇ, ਜਿਹੜੇ ਅਫੋਰਡ ਕਰ ਸਕਦੇ ਆ, ਤਾਂ ਇਹ ਜ਼ਰੂਰ ਲਓ, ਆਪ ਤੰਗ ਨਾ ਹੋਵੋ, ਠੀਕ ਹੈ ਨਾ ਜੀ? ਕਿਉਂਕਿ ਮੈਂ ਦੇਖਿਆ ਬਹੁਤ ਲੋਕ ਕਾਫੀ ਬਿਮਾਰ ਹੋ ਜਾਂਦੇ ਕਿਉਂਕਿ ਉਹ ਹੈ ਨਹੀਂ ਗੇ। ਪਰ ਜੇ ਤੁਰ ਕੇ ਜਾ ਸਕਦੇ, ਆਪਾਂ ਗਏ ਹਾਂ ਜੀ। ਆਪਾਂ ਹੁਣ ਤੁਸੀਂ ਦੇਖ ਲਓ, ਇੱਥੋਂ ਜਾਂਦੇ ਹੋਏ ਵੀ ਇੱਥੋਂ ਗੋਬਿੰਦ ਧਾਮ ਤੱਕ ਤੁਰ ਕੇ ਗਏ, ਉੱਥੋਂ ਹੇਮਕੁੰਡ ਸਾਹਿਬ ਤੱਕ ਤੁਰ ਕੇ ਗਏ, ਉੱਥੋਂ ਹੇਮਕੁੰਡ ਸਾਹਿਬ ਤੋਂ ਗੋਬਿੰਦ ਧਾਮ ਤੱਕ ਆਏ। ਪਰ ਇੱਥੇ ਹੁਣ ਆਉਂਦੇ ਸੀਗੇ ਵੀ ਖੱਚਰਾਂ ਦਾ ਵੀ ਐਕਸਪੀਰੀਅੰਸ ਕਰ ਲਏ, ਪਰ ਸਵਾਦ ਆ ਗਿਆ।
ਬਿਲਕੁਲ ਪਾਸ ਸਾਡੇ ਅਨਮੋਲ ਜੀ ਜਿਹੜੇ ਇਹਨਾਂ ਦੇ ਕੋਲ ਉਹ ਪਾਇਲਟ ਗੱਡੀ ਸੀਗੀ ਜਿਹਦਾ ਕੋਈ ਡਰਾਈਵਰ ਨਹੀਂ ਹੈਗਾ। ਅਨਮੋਲ ਜੀ ਕਿਹੋ ਜਿਹਾ ਰਿਹਾ ਤਜਰਬਾ? ਅੱਗੇ ਕਹਿੰਦੇ ਵੀ ਖੱਚਰਾਂ ਕੋਣ ਹੈ ਤੁਸੀਂ ਆਏ, ਮੈਂ ਟੈਸਲਾ 'ਤੇ ਆਇਆ, ਆਟੋ ਆਪਰੇਟਿੰਗ ਸੀਗਾ, ਆਟੋ ਪਾਇਲਟ 'ਤੇ ਸੀਗਾ, ਉਹ ਆਪ ਹੀ ਦੇਖਦੇ ਵੀ ਕਿੱਥੇ ਸਪੀਡ ਵਧਾਉਣੀ ਹੈ ਕਿੱਥੇ ਘਟਾਉਣੀ ਹੈ। ਜਦੋਂ ਬੱਖੀਆਂ 'ਚ ਭੰਨਣ ਲੱਗਿਆ ਫਿਰ ਭਾਈ ਨੇ ਦੱਸਿਆ ਵੀ ਪੈਰਾਂ ਭਾਰ ਖਲੋ ਜਾਓ ਫਿਰ ਬਚ ਜਾਏਗਾ, ਫਿਰ ਮੈਂ ਕੰਟਰੋਲ ਹੈਗੇ ਨੇ। ਹਾਂ ਫਿਰ ਉਹ ਸਹੀ ਰਿਹਾ ਉਹ ਤੋਂ ਬਾਅਦ। ਗੁਰਮੀਤ ਭਾਅ ਜੀ ਕਿਵੇਂ ਰਿਹਾ ਜੀ ਤੁਹਾਡਾ ਐਕਸਪੀਰੀਅੰਸ? ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ, ਬਹੁਤ ਵਧੀਆ ਤਰੀਕੇ ਨਾਲ ਲੈ ਕੇ ਆਇਆ। ਹਾਂ ਸਾਡੇ ਤਾਂ ਨਾਲ ਹੀ ਰਿਹਾ, ਘੋੜਾ ਥੋੜਾ ਜਿਹਾ ਖਰਾਬ ਕਰਦਾ ਸੀ ਬਟ ਉਹ ਨਾਲ ਹੀ ਸੀ ਉਹ ਵਾਲਾ, ਨਾਲ ਹੈਗਾ ਬੱਚਣ ਦੇ ਕਰਕੇ ਤੁਸੀਂ ਬਚ। ਹਾਂ ਬਿਲਕੁਲ। ਇੱਧਰ ਅੱਗੇ ਚੱਲਦੇ ਸਾਡੇ ਬਹੁਤ ਹੀ ਸਤਿਕਾਰਯੋਗ ਸੇਖੋਂ ਸਾਹਿਬ, ਕਿਹੋ ਜਿਹਾ ਰਿਹਾ ਜੀ ਤੁਹਾਡਾ ਤਜਰਬਾ? ਅੱਜ ਦਾ ਜਿਹੜਾ ਤਜਰਬਾ ਸੀ ਘੋੜਿਆਂ ਦੇ ਸਵਾਰ ਦਾ ਇੱਕ ਵੱਖਰੀ ਕਿਸਮ ਦਾ ਸੀ। ਮੈਂ ਤਾਂ ਪਹਿਲੀ ਵਾਰੀ ਕਹਿਲਾ ਖੱਚਰਾਂ 'ਤੇ ਚੜ੍ਹਿਆ, ਹੈ ਨਾ। ਟਰੈਕਿੰਗ ਤਾਂ ਪਹਿਲਾਂ ਵੀ ਕੀਤੀ ਹੈ, ਸਟੂਡੈਂਟ ਲਾਈਫ ਦੇ ਵਿੱਚ ਵੀ ਮੈਂ ਟਰੈਕਿੰਗ ਕਰਦਾ ਰਿਹਾ ਪਰ ਮੈਂ ਕਦੇ ਖੱਚਰ ਨਹੀਂ ਲੈਤੀ। ਮੈਂ ਹੇਮਕੁੰਟ ਸਾਹਿਬ ਪਹਿਲਾਂ ਵੀ ਆ ਕੇ ਗਿਆ ਇੱਕ ਵਾਰ, ਉਸ ਵੇਲੇ ਵੀ ਮੈਂ ਖੱਚਰ ਨਹੀਂ ਲਿਆ, ਪੈਦਲ ਗਿਆ, ਪੈਦਲ ਆਇਆ। ਅਤੇ ਮੈਨੂੰ ਲੱਗਦਾ ਵੀ ਅੱਛਾ ਐਨਰਜੀ ਬਚਦੀ ਹੈ ਇਹਦੇ ਨਾਲ, ਜਿਹੜੇ ਇੱਥੇ ਜਾਣਾ ਚਾਹੁੰਦੇ ਆ ਨਾ। ਕਾਫੀ ਔਖੀ ਟਰੈਕਿੰਗ ਆ, ਆਪਾਂ ਉਦਣ ਤੁਰ ਕੇ ਗਏ ਸੀ, ਉਦਣ ਆਪਾਂ ਨੂੰ 7.5 ਘੰਟੇ ਲੱਗੇ ਸੀ, ਅੱਜ ਆਪਾਂ 2.25 ਘੰਟੇ ਜਾ ਕੇ। ਟਾਈਮ ਦੀ ਬਹੁਤ ਬੱਚਤ ਹੁੰਦੀ ਆ, ਤੁਹਾਡੀ ਫਿਜ਼ੀਕਲ ਦੀ ਐਨਰਜੀ ਬਹੁਤ ਜਿਹੜੀ ਹੈਗੀ ਆ ਬੱਚਤ ਹੁੰਦੀ ਆ। ਅੱਗੇ ਜਾ ਕੇ ਹੇਮਕੁੰਟ ਸਾਹਿਬ ਜਦੋਂ ਆਪਾਂ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਦਾ ਜਦੋਂ ਆਪਾਂ ਰਸਤਾ ਹੈ ਨਾ, ਉਹ ਬੜਾ ਤਿੱਖੀ ਚੜ੍ਹਾਈ ਆ, ਹੈ ਨਾ। ਉਹਦੇ ਲਈ ਤੁਹਾਨੂੰ ਜਿਹੜਾ ਆਹ ਰਸਤਾ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਵਾਲਾ, ਮੈਨੂੰ ਲੱਗਦਾ ਇਹਦੇ ਵਿੱਚ ਘੋੜੇ ਕਰ ਲੈਣੇ ਚਾਹੀਦੇ ਨੇ। ਇੱਕ ਗੱਲ ਮੈਂ ਹੋਰ ਜ਼ਰੂਰ ਕਹਾਂਗਾ ਵੀ ਜਿਹੜੇ ਬਹੁਤ ਮੈਂ ਬੱਚੇ ਦੇਖੇ, ਛੋਟੇ ਛੋਟੇ ਬੱਚੇ, ਇਸ ਤਰ੍ਹਾਂ ਦਾ ਬੱਚਿਆਂ ਨੂੰ ਰਿਸਕ ਨਹੀਂ ਲੈਣਾ ਚਾਹੀਦਾ। ਪੇਰੈਂਟਸ ਪਤਾ ਨਹੀਂ ਕਿਉਂ ਕੀ ਸੋਚ ਰਹੇ ਨੇ, ਕਿਉਂ ਉਹਨਾਂ ਨੂੰ ਲੈ ਕੇ ਆਉਂਦੇ ਹੈਗੇ ਨੇ। 10 ਸਾਲ ਤੋਂ ਛੋਟੇ ਬੱਚੇ ਬੱਚੀਆਂ ਬਸ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਪੇਰੈਂਟਸ, ਉਹਨਾਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਨੇ। ਮੈਨੂੰ ਲੱਗਦਾ ਵੀ ਉਹ ਇਹ ਕੋਈ ਉਹਨਾਂ ਦਾ ਅੱਛਾ ਐਕਸਪੀਰੀਅੰਸ ਨਹੀਂ ਹੈਗਾ। ਠੀਕ ਆ ਵੀ ਉਹ ਬਹਾਦਰ ਬਣ ਜਾਣਗੇ, ਦਲੇਰ ਬਣ ਜਾਣਗੇ, ਐਕਸਪੀਰੀਅੰਸ ਹੋ ਜਾਏਗਾ ਉਹਨਾਂ ਨੂੰ, ਪਰ ਇਸ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਇੰਨੀ ਤਿੱਖੀ ਚੜ੍ਹਾਈ ਚੜ੍ਹਾਉਣੀ, ਉਹਨਾਂ ਦੇ ਫਿਜ਼ੀਕਲ ਦੇ ਉੱਤੇ ਵੀ ਕੋਈ ਅਸਰ ਪੈ ਸਕਦਾ ਹੈਗਾ, ਹੈ ਨਾ। ਅਤੇ ਬਾਕੀ ਜਿਹੜਾ ਇਹ ਰਸਤਾ, ਇਹ ਖੇਤਰ ਆ ਟਰੈਕਿੰਗ ਪੱਖੋਂ, ਇਹ ਬੜਾ ਖਤਰਨਾਕ ਆ। ਪਿਛਲੇ 2013 ਦੇ ਵਿੱਚ ਜਿਹੜਾ ਇੱਥੇ ਜਿਸ ਤਰ੍ਹਾਂ ਦਾ ਇੱਥੇ ਡਿਜ਼ਾਸਟਰ ਹੋਇਆ ਸੀ, ਲਗਭਗ 15-20 ਹਜ਼ਾਰ ਉਦੋਂ ਮੌਤਾਂ ਹੋਈਆਂ, ਹਜ਼ਾਰ ਕਰੋੜਾਂ ਦਾ ਅਰਬਾਂ ਦਾ ਨੁਕਸਾਨ ਹੋਇਆ ਹੈਗਾ। ਕੋਈ ਪਤਾ ਨਹੀਂ ਵੀ ਉਹ 2013 'ਚ ਸ਼ਾਇਦ 10 ਜੂਨ ਨੂੰ ਡਿਜ਼ਾਸਟਰ ਆਇਆ ਸੀ। ਅਤੇ ਪੇਰੈਂਟਸ ਨੂੰ ਘਟਨਾ ਨਾ ਹੋਵੇ ਇਹੀ ਅਰਦਾਸ ਕਰਾਂਗੇ, ਇਹੀ ਘਟਨਾ ਅਰਦਾਸ ਕਰਾਂਗੇ। ਪਰ ਇਹ ਟਰੈਕਿੰਗ ਆ ਜਿਹੜੀ ਬਿਲਕੁਲ ਮੈਂ ਕਹਾਂਗਾ ਵੀ ਜੰਗਮੈਨ ਲਈ ਆ। ਲਓ ਜੀ, ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਹੁਣ ਸੰਗਤਾਂ ਜਿਹੜੀਆਂ ਨੇ ਹੌਲੀ ਹੌਲੀ ਆ ਰਹੀਆਂ, ਜਿਨ੍ਹਾਂ ਨੇ ਕੱਲ੍ਹ ਦਰਸ਼ਨ ਕੀਤੇ, ਰਾਤ ਆਰਾਮ ਕੀਤਾ ਅਤੇ ਅੱਜ ਪਹੁੰਚੇ, ਇੱਦਾਂ ਹੀ ਆ ਭਾਈ ਸਾਹਿਬ? ਹਾਂਜੀ ਬਿਲਕੁਲ। ਕਿਵੇਂ ਰਹੀ ਜੀ ਯਾਤਰਾ? ਯਾਤਰਾ ਬਹੁਤ ਵਧੀਆ ਰਹੀ ਜੀ। ਜਾਂਦਿਆਂ ਵੀ ਪੈਦਲ ਅਤੇ ਆਉਂਦਿਆਂ ਵੀ ਪੈਦਲ? ਹਾਂਜੀ ਬਿਲਕੁਲ ਜੀ, ਦੋਵੇਂ ਜਗ੍ਹਾ 'ਤੇ ਹੀ? ਨਹੀਂ, ਇੱਥੋਂ ਘੋੜੇ 'ਤੇ ਗਏ, ਉਹ ਆਉਂਦੀ ਵਾਰ ਵੀ ਅਤੇ ਜਾਂਦੀ ਵਾਰ ਵੀ ਪੈਦਲ, ਮਤਲਬ ਅੱਛਾ ਆਉਂਦੀ ਵਾਰੀ ਵੀ ਅਤੇ ਜਾਂਦੀ ਉਹ ਧਾਮ ਤੋਂ ਉੱਪਰ ਜਾਂਦੇ ਹਾਂਜੀ। ਕਿਵੇਂ ਲੱਗਿਆ ਦਰਸ਼ਨ ਕਰਕੇ? ਬਹੁਤ ਵਧੀਆ ਜੀ। ਪਹਿਲੀ ਵਾਰੀ ਆਏ ਸੀ? ਹਾਂਜੀ ਪਹਿਲੀ ਵਾਰੀ ਆਏ। ਪਹਿਲੀ ਵਾਰੀ ਆਏ? ਪਹਿਲੀ ਵਾਰੀ ਦਾ ਤਜਰਬਾ ਵਧੀਆ ਰਿਹਾ? ਖੁੱਲ੍ਹੇ ਦਰਸ਼ਨ ਹੋਏ ਮਹਾਰਾਜ? ਬਹੁਤ ਵਧੀਆ ਦਰਸ਼ਨ ਹੋਏ। ਕਿਵੇਂ ਲੱਗਿਆ? ਹਾਂਜੀ ਪਰਿਵਾਰ ਦੇ ਨਾਲ ਆਏ? ਹਾਂਜੀ ਪਰਿਵਾਰ। ਵੈਸੇ ਕਿੱਥੋਂ ਦੇ ਰਹਿਣ ਵਾਲੇ ਹੋ? ਅੰਮ੍ਰਿਤਸਰ ਤੋਂ। ਅੱਛਾ ਅੰਮ੍ਰਿਤਸਰ ਦੇ ਰਹਿਣ ਵਾਲੇ? ਹਾਂਜੀ। ਚਲੋ ਫਿਰ ਤਾਂ ਸ਼ਹਿਰੀ ਹੋ ਗਏ, ਭਾਈ ਭਾਈ ਹੋ ਗਏ। ਚਲੋ ਬਹੁਤ ਵਧੀਆ ਜੀ, ਤੁਹਾਡੀ ਯਾਤਰਾ ਸਫਲ ਹੋਈ, ਬਹੁਤ ਚੰਗਾ ਲੱਗਿਆ ਜੀ। ਅਤੇ ਇੱਧਰਲੇ ਪਾਸੇ ਚੱਲਦੇ, ਸੰਗਤਾਂ ਜਿਹੜੀਆਂ ਨੇ ਲਗਾਤਾਰ ਆ ਰਹੀਆਂ ਨੇ ਦਰਸ਼ਨ ਦਦਾਰੇ ਕਰਕੇ, ਅਤੇ ਆਪਾਂ ਉਹਨਾਂ ਨੂੰ ਪੁੱਛਾਂਗੇ ਵੀ ਕਿਵੇਂ ਦਾ ਰਿਹਾ ਉਹਨਾਂ ਦਾ ਤਜਰਬਾ, ਕਿਉਂਕਿ ਚੜ੍ਹਾਈ ਜਿਹੜੀ ਆ ਪੈਦਲ ਜਾਣ ਵਾਲਿਆਂ ਵਾਸਤੇ ਥੋੜ੍ਹੀ ਜਿਹੀ ਕਿਤੇ ਨਾ ਕਿਤੇ, ਜਿਹਨਾਂ ਨੂੰ ਡੇਲੀ ਰੂਟੀਨ ਨਹੀਂ ਹੁੰਦੀ ਉਹਨਾਂ ਲਈ ਥੋੜ੍ਹੀ ਜਿਹੀ ਮੁਸ਼ਕਿਲ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਕਿਵੇਂ ਰਹੀ ਯਾਤਰਾ ਤੁਹਾਡੀ? ਬਹੁਤ ਅੱਛੀ ਰਹੀ। ਵਧੀਆ ਰਹੀ? ਪਹਿਲੀ ਵਾਰ ਆਏ ਜਾਂ ਪਹਿਲਾਂ ਵੀ? ਪਹਿਲੀ ਵਾਰ ਆਏ। ਪਹਿਲੀ ਵਾਰ ਆਏ? ਕਿੱਥੋਂ ਦੇ ਰਹਿਣ ਵਾਲੇ ਹੋ ਜੀ? ਅੰਬਾਲੇ ਤੋਂ। ਅੰਬਾਲੇ ਤੋਂ? ਹਾਂਜੀ। ਅਤੇ ਤੁਰ ਕੇ ਗਏ ਜਾਂਦੇ ਆਉਂਦੇ ਦੋਵੇਂ ਵਾਰੀ? ਤੁਰ ਕੇ ਗਏ, ਤੁਰ ਕੇ ਆਏ। ਤੁਰ ਕੇ ਗਏ,
ਬਾਬਾ ਜੀ ਲੈ ਗਏ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ। ਹਾਂਜੀ ਵਾਹਿਗੁਰੂ ਵਾਹਿਗੁਰੂ। ਹਾਂਜੀ ਵਾਹਿਗੁਰੂ। ਕਿਵੇਂ ਖੁੱਲੇ ਦਰਸ਼ਨ ਦਿਦਾਰੇ ਹੋਏ ਫਿਰ ਉੱਥੇ? ਹਾਂਜੀ ਐਨ ਅੱਛੇ ਦਰਸ਼ਨ ਦਿਦਾਰੇ। ਬਹੁਤ ਚੰਗਾ ਲੱਗਿਆ ਜੀ। ਬਹੁਤ ਦਰਸ਼ਨ ਦਿਦਾਰੇ ਕਰਕੇ ਪੈਦਲ ਯਾਤਰਾ ਕਰਕੇ ਕਿੰਨੀ ਉਮਰ ਹੋ ਗਈ ਤੁਹਾਡੀ? 45 ਸਾਲ ਦੀ। 45 ਸਾਲ। ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਗੋਡਿਆਂ 'ਚ ਉਤਰਨ ਲੱਗਿਆ ਜਾਂ ਚੜ੍ਹਨ ਲੱਗਿਆ? ਨਹੀਂ ਕੋਈ ਨਹੀਂ, ਕੋਈ ਦਿੱਕਤ ਪਰੇਸ਼ਾਨੀ ਨਹੀਂ। ਚਲੋ ਮਾਲਕ ਦੀ ਪੂਰੀ ਕਿਰਪਾ ਰਹੀ। ਵਾਹ ਜੀ ਵਾਹ, ਬਹੁਤ ਵਧੀਆ ਜੀ, ਬਹੁਤ ਵਧੀਆ। ਬਹੁਤ ਚੰਗਾ ਲੱਗਿਆ ਤੁਸੀਂ ਪੈਦਲ ਗਏ ਹੋ ਅਤੇ ਪੈਦਲ ਆਏ ਹੋ, ਬਹੁਤ ਚੰਗਾ ਲੱਗਿਆ। ਹੌਲੀ 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 ਸਾਰੇ ਸੰਗਤਾਂ ਜਿਹੜੀਆਂ ਨੇ ਚੱਲਦੀਆਂ ਆਉਂਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬਾਬਾ ਜੀ ਕਿਵੇਂ ਰਹੀ ਯਾਤਰਾ? ਯਾਤਰਾ ਹੈ ਉਮਰ ਦੇ ਹਿਸਾਬ ਨਾਲ ਔਖੀ ਆ। ਔਖੀ ਆ ਕਿਉਂਕਿ ਆਪਾਂ ਕੀ ਕਹਿੰਦੇ ਹੁੰਦੇ ਵੀ ਜਿਹੜੇ ਰੂਟੀਨ 'ਚ ਆਪਾਂ ਸੈਰ ਨਹੀਂ ਕਰਦੇ ਉਹਨਾਂ ਲਈ ਮੁਸ਼ਕਲ ਜ਼ਰੂਰ ਹੈਗੀ ਹੈ। ਬਿਲਕੁਲ ਬਿਲਕੁਲ। ਜਾਂ ਤਾਂ ਕਹਿੰਦੇ ਵੀ ਬੰਦਾ ਖੱਚਰ 'ਤੇ ਚਲਾ ਜਾਵੇ। ਸਭ ਤੋਂ ਮੇਨ ਚੀਜ਼ ਹੈ ਕਿ ਖੱਚਰ 'ਤੇ ਜਾਓ ਜਾਂਦੇ ਫਿਰ ਹੀ ਸਾਵਧਾਨੀ ਨਾਲ, ਨਹੀਂ ਤਾਂ ਮੁਸ਼ਕਲ ਹੈ। ਮੁਸ਼ਕਲ ਹੈ ਕਿ ਪਹਾੜੀ ਇਲਾਕਾ ਵਾ। ਹੁਣ ਜੇ ਸੋਚੀਏ ਕਿੰਨੇ ਸਮਾਂ, ਕਿੰਨਾ ਸਮਾਂ ਜਦੋਂ ਤੁਸੀਂ ਇੱਥੋਂ ਯਾਤਰਾ ਸ਼ੁਰੂ ਕੀਤੀ ਕਿੰਨੇ ਘੰਟਿਆਂ 'ਚ ਪਹੁੰਚੇ ਸੀ? ਲੱਗੇ 7-8 ਘੰਟੇ ਕਿ ਜ਼ਿਆਦਾ? ਰਮਾਨਾ ਜੀ, ਰਮਾਨਾ ਰਮਾਨਾ। ਅਤੇ ਆਉਂਦਿਆਂ ਕਿੰਨਾ ਟਾਈਮ ਲਾਇਆ ਜੇ? ਤੁਸੀਂ ਲਾ ਲਓ ਸਵੇਰੇ 7 ਵਜੇ ਦੇ ਤੁਰੇ ਇੱਥੋਂ। 7 ਵਜੇ ਦੇ ਤੁਰੇ ਹੋ ਅਤੇ ਹੁਣ ਵੀ ਸਮਾਂ ਵਾਹਵਾ ਹੋ ਹੀ ਗਿਆ, ਹਿਸਾਬ ਨਾਲ ਦੁਪਹਿਰਾਂ ਹੋ ਗਈਆਂ। ਲੱਗ ਗਿਆ ਸਮਾਂ। ਸਾਡੀ ਭੈਣ ਆ ਉਹ ਥੋੜ੍ਹਾ ਬਜ਼ੁਰਗ ਆ, ਮਸਾਂ ਤੁਰਦੀ ਆ। ਅੱਛਾ, ਤਾਂ ਕਰਕੇ। ਕਿੰਨੀ ਵਾਰ ਆਏ ਤੁਸੀਂ ਬਾਪੂ ਜੀ? ਪਹਿਲੀ ਵਾਰੀ ਆਏ। ਅੱਛਾ, ਪਹਿਲੀ ਵਾਰ ਆਏ ਹੋ। ਅਤੇ ਉੱਦਾਂ ਸਾਰਾ ਦਰਸ਼ਨ ਦਿਦਾਰੇ ਹੋਏ ਨੇ, ਸੰਗਤਾਂ ਨੂੰ ਵੀ ਮਿਲੇ ਹੋਵੋਗੇ? ਅਸੀਂ ਸੀਗੇ 9 ਪਰਿਵਾਰ ਦੇ ਮੈਂਬਰ। ਅੱਛਾ, ਠੀਕ ਆ। ਜਿਸ 'ਚੋਂ 5 ਜੀ ਸਾਡੇ ਅੱਗੇ ਗਏ, ਸਾਨੂੰ ਕਿ ਉੱਥੋਂ ਵਾਲਾ ਪਾਣੀ ਨਹੀਂ ਸੈੱਟ ਆਇਆ ਸੀ, ਰਾਤ ਉੱਪਰ ਗਏ ਨਾ। ਹਾਂਜੀ, ਸਾਨੂੰ ਰਾਤ ਜਦੋਂ ਗਏ ਇੱਥੋਂ ਗਏ ਚੰਗੇ ਭਲੇ ਸੀਗੇ, ਪ੍ਰਸ਼ਾਦਾ ਸ਼ੇਗਾ ਸੌਂ ਗਏ, ਰਾਤ ਨੂੰ 1 ਵਜੇ ਪੇਟ ਦੇ ਸਾਡੇ, ਜਿੰਨਾ ਪੇਟ ਦੀ ਖਰਾਬੀ ਸਾਡੀ ਮਾਤਾ ਜੀ ਸੀ ਉਹਨਾਂ ਨੂੰ ਫਿਰ ਅਸੀਂ ਵਾਪਸ ਭੇਜਤਾ। 3 ਅਸੀਂ ਵਾਪਸ ਆ ਗਏ, 5 ਭੈਣ ਭਰਾ ਸਾਡੇ ਉਹ ਅੱਗੇ ਉਹ ਠੀਕ ਸੀਗੇ। ਅਸੀਂ ਤੁਸੀਂ ਹਾਂ ਤੁਸੀਂ ਤੁਸੀਂ ਧਾਮ ਤੋਂ ਮੁੜ ਆਏ, ਤੁਸੀਂ ਉੱਪਰ ਨਹੀਂ ਗਏ? ਨਹੀਂ ਗਏ। ਅੱਛਾ, ਕਿਉਂਕਿ ਜਦੋਂ ਸਰੀਰ ਨਹੀਂ ਸਾਥ ਦਿੰਦਾ ਫਿਰ ਜਾਂਦਾ ਕਿ ਤੁਰ ਕੇ? ਨਹੀਂ ਨਹੀਂ ਬਿਲਕੁਲ ਜੀ, ਮਹਾਰਾਜ ਵੀ ਕਹਿੰਦੇ ਵੀ ਆਪਣੇ ਆਪ ਨੂੰ ਤੰਗੀ ਤਰੁੱਟੀ ਦੇ ਕੇ ਉਹ ਕੰਮ ਕਰਨਾ ਹੀ ਨਹੀਂ, ਕਿਉਂਕਿ ਅੱਗੇ ਆਕਸੀਜਨ ਵੀ ਘੱਟ ਆ। ਦੇਖੋ ਜੀ, ਇੱਕ ਦੇ ਪਿੱਛੇ ਅਸੀਂ ਜਲੀ ਜਾਂਦੇ, ਉਹ ਜਿਹੜੇ 5 ਗਏ ਉਹਨਾਂ ਵਾਸਤੇ ਅਸੀਂ ਮੁਸੀਬਤ ਬਣ ਜਾਂਦੇ। ਬਿਲਕੁਲ, ਚਲੋ ਉਹ ਤਾਂ ਕਰਕੇ ਹੋਣਗੇ ਨਾ 5, ਉਹ 5 ਦੀ ਅਸੀਂ ਵੀ ਸਾਰੀ ਸਮੱਸਿਆ ਬਣ ਜਾਣਾ ਹੈ। ਤਾਂ ਤੁਸੀਂ ਪਰਿਵਾਰਕ ਮੈਂਬਰ ਹੋ, ਉਹਨਾਂ ਦਰਸ਼ਨ ਕਰ ਲਏ, ਤੁਸੀਂ ਵੀ ਕਰ ਲਏ। ਇਹੀ ਗੱਲ ਆ, ਬਾਕੀ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਅੱਗੇ ਤੋਂ ਜਿਹੜੇ ਬੱਚੇ ਆ ਕਿ ਆਉਣਾ ਤਾਂ 30-35 ਸਾਲ ਦੀ ਉਮਰ ਦੇ ਵਿੱਚ, ਉਸ ਤੋਂ ਬਾਅਦ ਤਾਂ ਸਰੀਰ ਨਾਲ ਧੱਕਾ ਹੀ ਹੈ। ਹੁਣ ਗੁਰੂ ਮਹਾਰਾਜ ਨੇ ਕਿਹਾ ਜ਼ਰੂਰ ਆਉਣਾ ਜਾਣਾ ਵੀ ਹੈ ਗੁਰੂ ਸਥਾਨਾਂ 'ਤੇ, ਉਸ ਤੋਂ ਬਾਅਦ ਜਿਹੜੇ ਸਾਡੀ ਉਮਰ ਦੇ ਨਾ ਉਹ ਤਾਂ ਆਪਣੇ ਜਿਵੇਂ ਪੰਜਾਬ ਦੇ ਗੁਰਦੁਆਰਿਆਂ ਦੇ ਉਹਨਾਂ ਦੇ ਦਰਸ਼ਨ ਮੇਲੇ ਕਰ ਲਓ ਸਾਲ ਦੀ ਸਾਲ, ਉਹ ਚੰਗੇ ਆ। ਅੱਗੇ ਥੋੜ੍ਹਾ ਜਿਹਾ ਔਖਾ ਲੱਗਾ ਕਾਫੀ। ਲਓ ਜੀ, ਇਹ ਬਾਪੂ ਜੀ ਹੋਣਾ ਦਾ ਆਪਣਾ ਤਜਰਬਾ ਸੀ, ਉਹਨਾਂ ਦੱਸਿਆ ਵੀ ਕਿਵੇਂ ਮੁਸ਼ਕਲ ਆਉਂਦੀ ਕਿਉਂਕਿ ਡੇਲੀ ਫਿਟਨੈਸ ਜਿਹੜੇ ਨਹੀਂ ਹੋ ਪਾਉਂਦੇ ਇਸ ਉਮਰ 'ਚ ਆ ਕੇ, ਥੋੜ੍ਹੀ ਜਿਹੀ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਹੁੰਦੀ ਆ। ਨੌਜਵਾਨ ਵੀਰ ਰਿੜਦਾ ਹੀ ਆਉਣ ਡਿਆ ਭਾ, ਇਧਰ ਨੂੰ ਆਓ। ਹੱਸਦਾ ਹੱਸਦਾ ਵੀਰ ਚਲੇ ਗਿਆ, ਕਹਿੰਦਾ ਮੈਨੂੰ ਸੰਗ ਲੱਗਦੀ ਆ। ਅਤੇ ਬਾਪੂ ਜੀ ਕਿਵੇਂ ਜੀ, ਠੀਕ ਠਾਕ ਰਹੀ ਜੀ ਯਾਤਰਾ? ਹਾਂਜੀ ਠੀਕ ਹੈ। ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਜੰਮੂ ਦੇ। ਅੱਛਾ, ਜੰਮੂ ਦੇ ਹੋ ਅਤੇ ਹਰ ਸਾਲ ਆਉਂਦੇ ਹੋ ਜਾਂ ਪਹਿਲੀ ਵਾਰ ਆਏ? ਇਹ ਮੈਂ 2021 'ਚ ਆਇਆ ਹਾਂ ਪਹਿਲੇ। ਅੱਛਾ, 21 'ਚ ਆਏ? ਹਾਂਜੀ। ਅਤੇ ਇਸ ਵਾਰ ਯਾਤਰਾ ਪੈਦਲ ਹੀ ਕੀਤੀ ਸਾਰੀ ਕਿ ਜਾਂ ਵਿੱਚ? ਪੈਦਲ ਹੀ ਸਾਰੀ? ਪੈਦਲ ਪੈਦਲ ਹੀ। ਐਨ ਫਿੱਟ ਹੈ ਮਹਾਰਾਜ, ਲੈ ਗਏ ਹੱਥ ਦੇ ਕੇ? ਚੜ੍ਹਦੀ ਕਲਾ। ਵਾਹ ਜੀ ਵਾਹ। ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ? ਇਹਦੀ ਹੋ ਗਈ 56 ਸਾਲ ਹੋ ਗਏ। 56 ਸਾਲ ਹੋ ਗਏ। ਥੋੜ੍ਹੀ ਬਹੁਤੀ ਪ੍ਰੋਬਲਮ ਪਈ ਸੀ ਉੱਪਰ, ਥੋੜ੍ਹੀ ਜਿਹੀ ਪ੍ਰੋਬਲਮ ਪਈ ਸਾਹ ਦੀ, ਆਕਸੀਜਨ ਘੱਟ ਲਿਆ, ਇਸ ਵਾਰੀ ਥੋੜ੍ਹੀ ਆਕਸੀਜਨ ਘੱਟ ਲਿਆ। ਮਤਲਬ ਜਿਹਨੇ ਵੀ ਆਉਣਾ ਥੋੜ੍ਹਾ ਤਿਆਰੀ ਨਾਲ ਆਵੇ, ਇਹ ਕਹਿੰਦੇ ਨਾਲ ਆਪਣੇ ਥੋੜ੍ਹੀ ਕਿੱਟ ਪੂਰੀ ਤਿਆਰ ਰੱਖੇ, ਇਹ ਮੁਸ਼ਕਪੁਰ ਦੀ ਟਿੱਕੀ ਹੁੰਦੀ ਆ ਉਹ ਰੱਖੇ ਨਾਲ, ਬੰਨ ਲੇ ਜ਼ਿਆਦਾ ਨਾ ਸੁੰਗੇ, ਥੋੜ੍ਹੀ ਥੋੜ੍ਹੀ ਉਹ ਸਿੰਗੇ, ਬੜੀ ਫਸਟ ਕਲਾਸ ਹੈ। ਜਾਂਦਿਆਂ ਥੋੜ੍ਹੀ ਦਿੱਕਤ ਹੁੰਦੀ ਹੈ, ਆਉਂਦਿਆਂ ਕੋਈ ਆਉਂਦਿਆਂ ਬਾਈ ਜਾਂਦਿਆਂ ਵੀ ਵਾਹਿਗੁਰੂ ਖਿੱਚਦਾ, ਵਾਹਿਗੁਰੂ ਖਿੱਚਦਾ, ਇੱਥੋਂ ਹਾਰ ਜਾਂਗੇ ਮਤ ਵਾਹਿਗੁਰੂ ਖਿੱਚਦਾ 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 ਨਾਲ, ਵਾਹਿਗੁਰੂ 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 ਕਰਦੇ ਚੜ੍ਹ ਜਾਏਗਾ, ਹਾਂ ਵਾਹਿਗੁਰੂ ਜਾਪ। ਦੇਖੋ ਵੱਡੀ ਗੱਲ ਇਹ ਹੈ,
ਮੋਬਾਈਲ ਨਹੀਂ ਹੈ ਕਿਸੇ ਨੇ ਫੜਿਆ, ਟਾਵਰ ਨਹੀਂ ਹੈ, ਮੈਨੂੰ ਇਹ ਬੜਾ ਖੁਸ਼ੀ ਹੋਈ ਹੈ। ਤੁਹਾਨੂੰ ਲੱਗਦਾ ਵੀ ਇਹ ਜਿਹੜੀ ਮੋਬਾਈਲ ਵਾਲੀ ਗੱਲ ਹੈ ਇਹ ਬਹੁਤ ਚੰਗੀ ਹੈ, ਕਿਉਂਕਿ ਕਿਤੇ ਵੀ ਟਾਵਰ ਨਹੀਂ ਹੈਗੇ, ਉੱਪਰ ਵੀ ਨਹੀਂ ਰੇਂਜ ਆਈ। ਬਹੁਤ ਵਧੀਆ ਟਾਵਰ ਹੋਣੇ ਚਾਹੀਦੇ ਨੇ, ਤੇ ਲੋਕ ਸੈਲਫੀਆਂ ਲੈ ਕੇ ਕਦੀ ਉੱਥੇ ਸੈਲਫੀਆਂ ਲੈ ਕੇ ਚੱਲ ਜਾਣਗੇ, ਕਿਉਂਕਿ ਇਹ ਬਹੁਤ ਵਧੀਆ। ਮਤਲਬ ਮੋਬਾਈਲ ਤੋਂ ਬਗੈਰ ਜ਼ਿੰਦਗੀ ਸੌਖੀ ਆ ਨਾ, ਵਧੀਆ ਨਾ, ਬਹੁਤ ਹੋ ਗਈ। ਮੋਬਾਈਲ ਜਿਹੜਾ ਆਪਣਾ ਕਰੰਟ ਸਾਡੀ ਵਾਈਬ੍ਰੇਸ਼ਨ ਲਿਆਉਂਦਾ ਜੀ ਸਰੀਰ 'ਚ, ਨਾਲੇ ਇੱਕ ਦੂਜੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ। ਹਾਂਜੀ, ਇੱਕ ਦੂਜੇ ਨਾਲ ਗੱਲ ਕਰਦੀ, ਮੋਬਾਈਲ ਹੋਏ ਤਾਂ ਘਰ ਵਿੱਚ ਵੀ ਨਹੀਂ ਗੱਲ ਕਰ ਸਕਦਾ ਕਿਸੇ ਨਾਲ, ਸਾਰੇ ਮੋਬਾਈਲਾਂ 'ਚ ਲੱਗੇ ਹੁੰਦੇ ਨੇ। ਵਾਹਿਗੁਰੂ ਫਤਿਹ। ਤਾਂ ਕਿਵੇਂ ਸਿੰਘ ਸਾਹਿਬ ਤੋਂ ਆਇਓ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਟਹਿਣਾ ਸਾਹਿਬ ਠੀਕ ਠਾਕ ਹੈ? ਸਭ ਵਧੀਆ ਜੀ, ਠੀਕ ਠਾਕ। ਤੁਸੀਂ ਸੁਣਾਓ, ਤੁਹਾਡੀ ਯਾਤਰਾ ਕਿਵੇਂ ਰਹੀ? ਬਹੁਤ ਸੋਹਣੀ ਯਾਤਰਾ ਜੀ, ਗੁਰੂ ਮਹਾਰਾਜ ਦੀ ਇੰਨੀ ਕਿਰਪਾ ਰਹੀ, ਬਹੁਤ ਸੋਹਣੀ ਯਾਤਰਾ ਹੋਈ ਹੋਈ ਜੀ। ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ ਵੀਰ ਜੀ ਹੈਗੀ 46 ਸਾਲ ਹੈ ਜੀ। ਅੱਛਾ, 46 ਸਾਲ। ਹਾਂਜੀ ਹਾਂਜੀ। ਤੇ ਪੈਦਲ ਗਏ? ਪੈਦਲ ਆਏ? ਹਾਂਜੀ ਹਾਂਜੀ, ਪੈਦਲ ਗਏ, ਬੱਚੇ ਵੀ ਆ ਨਾਲ। ਅੱਛਾ, ਮੁੰਡਾ ਮੇਰਾ। ਆਓ ਸਿੰਘ ਸਾਹਿਬ ਅੱਗੇ। ਉਹ ਬੱਚੇ ਗੁੜੀਆ ਪਿੱਛੇ ਆ, ਮੰਮੀ ਉਹਨਾਂ ਨਾਲ ਭਾਂਜਾ। ਹੌਲੀ ਹੌਲੀ ਆਉਂਦੇ ਹੁਣ? ਹਾਂ, ਥੋੜੀ ਗੁੜੀਆ ਡਿੱਗ ਪਈ ਸੀ ਉਹਨੇ ਥੋੜੀ। ਅੱਛਾ, ਗੋਡੇ 'ਤੇ ਥੋੜੀ ਚੋਟ ਜੀ ਲੱਗ ਗਈ ਸੀ ਉਹਨੇ। ਅੱਛਾ ਜੀ। ਹਾਂਜੀ ਹਾਂਜੀ, ਉਹ ਵੈਸੇ ਠੀਕ ਹੈ, ਸਭ ਵਧੀਆ ਹੋਇਆ, ਬਹੁਤ ਮਜ਼ਾ ਆਇਆ ਤੁਹਾਨੂੰ ਮਿਲ ਕੇ, ਬਹੁਤ ਖੁਸ਼ੀ ਹੋਈ ਸਾਨੂੰ। ਵਾਹ ਜੀ ਵਾਹ, ਧੰਨਵਾਦ। ਇੱਥੇ ਵੀ ਪਹੁੰਚ ਗਏ ਤੁਸੀਂ, ਕਿਸਾਨ ਮੇਲੇ ਤਾਂ ਬਹੁਤ ਇਹਨਾਂ ਕੀਤਾ ਸੀ ਤੁਸੀਂ ਕੰਮ, ਤੇ ਹੁਣ ਵੈਸੇ ਵੀ ਮੇਰਾ ਟਹਿਣਾ ਹੀ ਨਾ ਚੰਗਾ ਪ੍ਰੇਮ ਪਿਆਰ ਹੈਗਾ। ਬਹੁਤ ਵਧੀਆ, ਹਾਂਜੀ ਹਾਂਜੀ, ਤੁਹਾਡਾ ਸੁਨੇਹਾ ਚਲੇ ਜਾਣਾ ਮੈਂ, ਉਹਨਾਂ ਨੂੰ ਪਤਾ ਲੱਗ ਜਾਣਾ ਮੈਂ ਵੀ ਫਰੀਦਕੋਟ ਤੋਂ ਆ। ਅੱਛਾ ਜੀ। ਹਾਂਜੀ ਹਾਂਜੀ। ਫਿਰ ਤੁਸੀਂ ਐਰਕਾਂ ਪਹਿਲੀ ਵਾਰ ਜਾਂ ਪਹਿਲਾਂ ਵੀ ਆਉਂਦੇ ਹੁੰਦੇ? ਮੈਨੂੰ 10-12 ਸਾਲ ਹੋ ਗਏ ਵੀਰ ਜੀ, ਪਿਛਲੇ ਸਾਲ ਨਹੀਂ ਆਏ ਸੀ ਅਸੀਂ, ਕਿਉਂਕਿ ਪਿਛਲੇ ਸਾਲ ਮੌਸਮ ਖਰਾਬ ਸੀਗਾ, ਥੋੜ੍ਹਾ ਆਉਂਦੀ ਉਹ ਕਹਿੰਦੇ ਸੀ ਵੀ ਮੌਸਮ ਖਰਾਬ ਹੈ ਨਾ ਜਾਓ, ਤਾਂ ਕਰਕੇ ਨਹੀਂ ਆਏ, ਨਹੀਂ ਤਾਂ ਆਈਦਾ। ਐਤਕੀ ਤਾਂ ਆਪਣੀ ਪਰਸਨਲ ਗੱਡੀ ਲੈ ਕੇ ਆਏ। ਵਾਹ ਜੀ ਵਾਹ, ਕੀ ਬਾਤ, ਕਾਰ ਤੇ ਆਏ ਸੀ ਫਰੀਦਕੋਟ ਤੋਂ? ਹਾਂਜੀ ਹਾਂਜੀ ਹਾਂਜੀ, ਪਰਿਵਾਰ ਦੇ ਨਾਲ ਆਏ ਹੋ ਦਰਸ਼ਨ ਦਿਦਾਰੇ? ਕੀ ਨਾਮ ਹੈ? ਮੇਰਾ ਨਾਮ ਪਰਮ ਹੈ ਜੀ। ਪਰਮ, ਠੀਕ ਹੈ ਠੀਕ ਹੈ ਜੀ, ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ, ਧੰਨ, ਓਕੇ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਵਧੀਆ ਲੱਗਾ ਤੁਹਾਡਾ। ਠੀਕ ਹੈ ਜੀ, ਮੈਡਮ ਵੀ ਮਿਲੇ ਤੁਹਾਡੇ ਇੱਕ? ਹਾਂਜੀ, ਉਹ ਇੱਥੇ ਅੱਗੇ ਹੀ ਨੇ ਜੀ। ਹਾਂਜੀ, ਲਓ ਜੀ ਫਿਰ ਸੰਗਤਾਂ ਹੁਣ ਉਧਰੋਂ ਆ ਰਹੀਆਂ ਨੇ ਲਗਾਤਾਰ, ਤੁਸੀਂ ਦੇਖ ਸਕਦੇ ਹੋ। ਅਤੇ ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ ਆ, ਹਰੇਕ ਨੇ ਆਪਣਾ ਤਜ਼ਰਬਾ ਜਿਹੜਾ ਆ ਉਹ ਸਾਂਝਾ ਕੀਤਾ ਵੀ ਕਿਵੇਂ ਦਾ ਤਜ਼ਰਬਾ ਰਿਹਾ। ਦਰਸ਼ਨ ਦਿਦਾਰੇ ਕਰਨ ਨੂੰ ਹਰੇਕ ਦਾ ਦਿਲ ਕਰਦਾ, ਪਰ ਜਦੋਂ ਵੀ ਕਿਸੇ ਨੇ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਆਉਣਾ, ਬਿਲਕੁਲ ਆਪਣੇ ਪਰਿਵਾਰ ਨਾਲ ਆਓ, ਫਿੱਟ ਫਾਟ ਹੋ ਕੇ ਆਓ, ਆਪਣੀ ਫਸਟ ਏਡ ਕਿੱਟ ਨਾਲ ਲੈ ਕੇ ਆਓ, ਕਿਸੇ ਕਿਸਮ ਦੀ ਮੁਸ਼ਕਲ ਨਹੀਂ ਤੁਹਾਨੂੰ ਆਏਗੀ। ਬਹੁਤ ਸੋਹਣੇ ਦਰਸ਼ਨ ਦਿਦਾਰੇ ਜਿਹੜੇ ਆ ਤੁਹਾਨੂੰ ਪਰਮਾਤਮਾ ਨੇ ਦੇਣੇ ਨੇ, ਅਤੇ ਜਿਵੇਂ ਤੁਹਾਨੂੰ ਵਧੀਆ ਲੱਗਦਾ ਉਸੇ ਤਰੀਕੇ ਨਾਲ ਤੁਸੀਂ ਯਾਤਰਾ ਜਿਹੜੀ ਆ ਕਰ ਸਕਦੇ ਹੋ। ਲਓ ਜੀ, ਸੰਗਤਾਂ ਦਰਸ਼ਨ ਦਿਦਾਰੇ ਕਰਕੇ ਆ ਰਹੀਆਂ, ਸਾਨੂੰ ਇੱਕ ਬਹੁਤ ਹੀ ਸੋਹਣਾ ਪਰਿਵਾਰ ਮਿਲਿਆ, ਇਹਨਾਂ ਨੂੰ ਵੇਖ ਕੇ ਵੀ ਪਿਆਰ ਆਉਣ ਡਿਆ, ਅਤੇ ਇਹਨਾਂ ਟੀ ਸ਼ਰਟਾਂ 'ਤੇ ਲਿਖਿਆ ਬਹੁਤ ਗੂੜਾ ਪਿਆਰ, ਮਤਲਬ ਇਹ ਸਦਾ ਜੀ ਇੰਨਾ ਪਿਆਰ ਕਿੱਦਾਂ? ਦੇਖੋ ਜੀ, ਇਹ ਮੇਰਾ ਸਾਲੇ ਸਾਹਿਬ ਨੇ, ਅਤੇ ਇਹਨੂੰ ਹੀ ਪਿਆਰ ਕਹਿੰਦੇ ਨੇ, ਅਤੇ ਸਾਲੇ ਨੂੰ ਨਾਲ ਲੈ ਕੇ ਆਉਣਾ, ਅਤੇ ਪਾ ਕੇ ਇਸ ਕਰਕੇ ਆਇਆ ਕਿ ਐਵੇਂ ਪਤਾ ਲੱਗੇ ਕਿ ਐਵੇਂ ਪਿਆਰ ਹੈਗਾ, ਜਿਹੜਾ ਘੱਟ ਹੀ ਆ ਨਾ ਉਹ ਵੀ ਵੱਧ ਹੋ ਜਾਏ। ਬਾਕੀ ਕਿਸੇ ਨੂੰ ਪਤਾ ਲੱਗੇ ਨਾ ਲੱਗੇ, ਹੋਮ ਮਿਨਿਸਟਰੀ ਨੂੰ ਪਤਾ ਵੀ ਪਿਆਰ ਕਿੰਨਾ ਗਿਆ, ਤੁਸੀਂ ਨਾਲ ਲਿਆਉਂਦੇ ਤਾਂ ਵੀ ਲਿਆਉਣਾ ਪੈਣਾ। ਉਸ ਤੋਂ ਬਾਅਦ ਨਾ ਸਭ ਤੋਂ ਜ਼ਿਆਦਾ ਜਿਹੜਾ ਪਿਆਰ ਹੈ ਨਾ ਮੇਰੇ ਸਾਲੇ ਸਾਹਿਬ ਨਾਲ, ਜਦ ਵੀ ਆਏ ਆ, ਮੇਰੇ ਲਾਸਟ ਟਾਈਮ ਆਇਆ ਅਤੇ ਘੋੜੇ 'ਤੇ ਉੱਪਰ ਗਿਆ ਅਤੇ ਘੋੜੇ 'ਤੇ ਥੱਲੇ ਆ ਗਿਆ, ਮੈਂ ਇਹਨੂੰ ਐਤਕੀ ਗਿਆ, ਮੈਂ ਕਿਹਾ ਦੇਖੀ ਮੇਰੇ ਨਾਲ ਅਗਰ ਤੁਰਨਾ ਅਤੇ ਆਪਾਂ ਪੈਦਲ ਚੱਲਾਂਗੇ ਥੱਲੇ, ਕਹਿੰਦਾ ਮੇਰੇ ਕੋਲੋਂ ਤੁਰਿਆ ਨਹੀਂ ਜਾਣਾ। ਮੈਂ ਕਿਹਾ ਅਰਦਾਸ ਕਰ, ਸਵੇਰੇ ਅਰਦਾਸ ਕੀਤੀ ਨਾ ਗੁਰੂ ਗੋਬਿੰਦ ਧਾਮ, ਕਹਿੰਦਾ ਪੁੱਲਾਂ ਤੱਕ ਜਾਵਾਂਗਾ, ਉਸ ਤੋਂ ਬਾਅਦ ਨਾ ਘੋੜਾ ਕਰ ਲਵਾਂਗਾ। ਬਾਬਾ ਜੀ ਨੇ ਕੀ ਬਖਸ਼ਿਸ਼ ਕੀਤੀ, ਕਹਿੰਦਾ ਕਿ ਤੈਨੂੰ ਥੱਲੇ ਲੈ ਕੇ ਜਾਣਾ, ਘੋੜੇ ਬਿਨਾਂ ਹੀ ਲੈ ਕੇ ਜਾਣਾ। ਹਾਂ, ਇਹ ਜਿਹੜਾ ਸਾਡਾ ਗੂੜਾ ਪਿਆਰ ਹੈ ਨਾ, ਖਿੱਚਦਾ ਖਿੱਚਦਾ ਥੱਲੇ ਲੈ ਆਇਆ। ਵਾਹ ਜੀ ਵਾਹ, ਕਿੱਦਾਂ ਸਿੰਘ ਸਾਹਿਬ ਗੂੜਾ ਪਿਆਰ ਤੁਹਾਡੇ ਭਾਈਆ ਜੀ ਕਹਿੰਦੇ ਨੇ ਵੀ ਬਹੁਤ ਵਧੀਆ ਪਿਆਰ ਹੈ, ਮੈਂ ਇਹਨਾਂ ਨੂੰ ਐਰਗਾਂ ਲੈ ਕੇ ਆਇਆ ਤੋਰ ਕੇ, ਕਿਹੋ ਜਿਹਾ ਰਿਹਾ ਤੁਹਾਡਾ ਤਜਰਬਾ? ਬਹੁਤ ਵਧੀਆ ਵੀਰ ਜੀ, ਸਾਰੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਕਦੀ ਪੈਦਲ ਟਰੈਕਿੰਗ ਵਾਪਸ ਕਰਾਂਗਾ, ਜਾਂਦੀ ਵਾਰ ਤਾਂ ਘੋੜੇ 'ਤੇ ਗਏ ਸੀ ਵਾਹਿਗੁਰੂ ਦੀ ਕਿਰਪਾ ਨਾਲ, ਉੱਪਰ 2 ਕਿਲੋਮੀਟਰ ਦੀ ਪੈਦਲ ਕੀਤੀ ਹੈਗੀ ਹੈ, ਪਰ ਜਦ ਵਾਪਸੀ ਆਏ ਨਾ ਮੈਂ ਸਵੇਰੇ ਉੱਥੇ ਗਿਆ ਤਾਂ ਇਹ ਸਾਰੇ ਕਹਿ ਰਹੇ ਮੈਂ ਪੈਦਲ ਜਾਣਾ, ਉਹ ਮੇਰੇ ਬੱਸ ਨਾ ਚੱਲੇ, ਮੈਂ ਕਿਹਾ ਇਹ ਕਹਿੰਦੇ ਮੈਂ ਤੂੰ ਜਾਏਗਾ ਅਤੇ ਅਸੀਂ ਨਹੀਂ ਜਾਵਾਂਗੇ। ਗੱਲ ਇਹ ਆ ਵੀ ਜੀਜਾ ਨਾਮ ਨਹੀਂ ਕਰ ਸਕਦੇ, ਸੁਣਦੇ ਲਓ ਉਹ ਫਿਰ ਕੀ ਹੋਇਆ, ਮੈਂ ਤਾਮ ਗਿਆ, ਮੈਂ ਬਾਬਾ ਜੀ ਨੂੰ ਅਰਦਾਸ ਕੀਤੀ, ਬਾਬਾ ਜੀ ਮੈਨੂੰ ਅੱਜ ਨਾ ਟਰੈਕਿੰਗ ਕਰਾ ਦਿਓ ਕਿਸੇ ਤਰੀਕੇ ਨਾਲ, ਅੱਜ ਮੈਨੂੰ ਇਹ ਹੀ ਕਰਨਾ। ਉਹ ਬਾਬਾ ਜੀ ਨੇ ਉਹ ਅਰਦਾਸ ਸੁਣੀ,
ਅਤੇ ਮੈਂ ਥੋੜ੍ਹੀ ਜਿਹੀ ਅੱਗੇ ਚਲਿਆ ਜਾ ਧਾਮ ਤੋਂ ਜੇ ਪਾਰ ਹੋਏ ਅਤੇ ਮੈਂ ਸੋਚਿਆ ਮੈਂ ਕਿਹਾ ਇਹਨਾਂ ਨੂੰ ਕਹਿ ਰਿਹਾ ਮੈਂ ਕਿਹਾ ਮੇਰੇ ਦੜ ਦੋਰੀ ਮੈਂ ਘੋੜਾ ਲੈਣਾ ਰਾਜਪੁਰਾ ਘੋੜਾ ਹੀ ਲੱਭਿਆ ਬਾਬੇ ਦੀ ਐਸੀ ਕਿਰਪਾ ਸੀ ਉਹਨੇ ਕਿਹਾ ਕਿ ਤੁਹਾਨੂੰ ਅੱਜ ਪੈਦਲ ਲੈ ਕੇ ਜਾਣਾ ਤੇਰੀ ਪ੍ਰੀਖਿਆ ਲੈਣੀ ਹੋ ਗਈ ਪੂਰੀ ਬਾਬੇ ਨੇ ਕਿਰਪਾ ਕੀਤੀ ਹੈ ਬਹੁਤ ਮਹਾਰਾਜ ਦੀ ਕਿਰਪਾ ਰਹੀ ਸਾਡੇ 'ਤੇ ਅੱਜ ਅਸੀਂ ਪਹਿਲੀ ਵਾਰ ਮੈਂ ਟਰੈਕਿੰਗ ਕੀਤੀ ਹੈਗੀ ਵਾਹ ਜੀ ਵਾਹ ਇਹ ਤਾਂ ਬਹੁਤ ਵਧੀਆ ਗੱਲ ਇਹਦੇ 'ਚ ਪਰਮਾਤਮਾ ਵੀ ਤੁਹਾਡੇ ਤੋਂ ਖੁਸ਼ ਨੇ ਅਤੇ ਤੁਹਾਡੇ ਜੀਜਾ ਜੀ ਵੀ ਤੁਹਾਡੇ ਤੋਂ ਖੁਸ਼ ਨੇ ਇਹ ਤੀਸਰੀ ਵਾਰੀ ਆਇਆ ਅਤੇ 2022 ਦੇ ਦਿਨ ਜਦ ਆਇਆ ਨਾ ਅਤੇ ਇਹ ਆਪਣਾ ਟਰੈਕਿੰਗ ਕਰਦੇ ਕਰਦੇ ਸਭ ਤੋਂ ਪਹਿਲੇ ਅੱਗੇ ਚਲਾ ਗਿਆ ਅਸੀਂ 2 ਬੱਸ ਦੇ ਅੰਦਰ ਆਏ ਸੀ ਤਕਰੀਬਨ 90 ਲੋਕ ਅਤੇ ਉਹਦੇ ਅੰਦਰ 1-2 ਮੈਂਬਰ ਇਹੋ ਜਿਹੇ ਆ ਗਏ ਸਨ ਜਿਹੜੇ ਵਿਚਕਾਰ ਪਰੇਸ਼ਾਨ ਹੋ ਗਏ ਨਹੀਂ ਜਾਇਆ ਜਾ ਰਿਹਾ ਇਹਨੇ ਕਿਹਾ ਆਂਟੀ ਕਿਉਂ ਪਰੇਸ਼ਾਨ ਹੋ ਰਹੇ ਹੋ ਉਹਨਾਂ ਨੂੰ ਫੜਿਆ ਨਾਲ ਪਾਠ ਕਰਾਉਂਦਾ ਕਰਾਉਂਦਾ ਉੱਪਰ ਲੈ ਗਿਆ ਉੱਪਰ ਜਦ ਪਹੁੰਚੇ ਉਹ ਕਹਿਣ ਲੱਗੇ ਕਹਿੰਦੇ ਕਿ ਤੁਹਾਡਾ ਬੇਟੇ ਨੇ ਨਾ ਮੈਨੂੰ ਹਿੰਮਤ ਬਖਸ਼ੀ ਹੈ ਮੈਂ ਕਿਹਾ ਬਖਸ਼ੀ ਤਾਂ ਵਾਹਿਗੁਰੂ ਨੇ ਇਹ ਜ਼ਰੀਆ ਬਣਿਆ ਅਤੇ ਐਤਕੀ ਵੀ ਹੈ ਮੇਰੇ ਥੱਲੇ ਆ ਕੇ 2 ਘੰਟੇ ਦਾ ਵੇਟ ਹੀ ਕਰ ਰਿਹਾ ਅੱਛਾ ਜੀ ਹਾਂ ਤੁਸੀਂ ਆਏ ਕਿੱਥੋਂ ਸਰ ਅਸੀਂ ਗਾਜ਼ੀਆਬਾਦ ਤੋਂ ਆਏ ਸਰ ਅੱਛਾ ਹਾਂ ਦਿੱਲੀ ਦੇ ਨਾਲ ਹੀ ਹੈ ਗਾਜ਼ੀਆਬਾਦ ਉੱਧਰੋਂ ਆਏ ਜੀ ਬਹੁਤ ਵਧੀਆ ਬੇਟਾ ਤੁਹਾਡਾ ਨਾਮ ਕੀ ਹੈ ਜੀ ਮਨਪ੍ਰੀਤ ਕਿਹੜੀ ਕਲਾਸ ਪੜ੍ਹਦੇ ਹੋ 9th ਇਹ ਇੰਨਾ ਸਟੈਮਿਨਾ ਰੂਟੀਨ 'ਚ ਵੀ ਕਿਤੇ ਭੱਜ ਦੌੜ ਕਰਦੇ ਹੋ ਹਾਂਜੀ ਵਰਕਆਊਟ ਕਰਦੇ ਹੋ ਵਰਕਆਊਟ ਤੇ ਨਹੀਂ ਮਤਲਬ ਮੈਂ ਖੇਲਣੇ ਜਾਂਦਾ ਅੱਛਾ ਇਸ ਲਈ ਥੋੜਾ ਸਟੈਮਿਨਾ ਹੈ ਮਤਲਬ ਫਿਟਨੈਸ ਰੱਖਦੇ ਹਾਂ ਹਾਂਜੀ ਨਾਲੇ ਕਹਿੰਦੇ ਤੋਂ ਤੁਹਾਨੂੰ ਸ਼ਬਦ ਆਉਂਦਾ ਬਹੁਤ ਸੋਹਣਾ ਸ਼ਬਦ ਬਹੁਤ ਹੈ ਸੁਣਾਓ ਜੀ ਮਾਧੋ ਮਾਧੋ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਤੂੰ ਐਸਾ ਤੁਮ ਕਰੋ ਭਲਾ ਹਮ ਪਲੋ ਨਾ ਜਾਨ ਤੁਮ ਸਦਾ ਸਦਾ ਦਿਆਲਾ ਤੁਮ ਸਦਾ ਸਦਾ ਦਿਆਲਾ ਮਾਧੋ ਹਮ ਐਸੇ ਤੂੰ ਐਸਾ ਬਹੁਤ ਹੀ ਵਧੀਆ ਸ਼ਬਦ ਜਿਹੜਾ ਸਿੰਘ ਸਾਹਿਬ ਹੋਣਾ ਨੇ ਗਾਇਨ ਕੀਤਾ ਸਤਿ ਸ਼੍ਰੀ ਅਕਾਲ ਭੈਣ ਜੀ ਕਿੱਦਾਂ ਜੀ ਠੀਕ ਹੋ ਵਧੀਆ ਤੁਸੀਂ ਕਿਵੇਂ ਰਹੀ ਜੀ ਤੁਹਾਡੀ ਯਾਤਰਾ ਬਹੁਤ ਵਧੀਆ ਬਾਬਾ ਜੀ ਨੇ ਹਰ ਵਾਰੀ ਚੜ੍ਹਦੀ ਕਲਾ ਵਿੱਚ ਰੱਖਿਆ ਹੈ ਮੈਂ ਯੋਗਾ ਕਰਾਉਂਦੀ ਹਾਂ ਅੱਛਾ ਜੀ ਸਭ ਨੂੰ ਕਹਿੰਦੀ ਹਾਂ ਯੋਗਾ ਕਰੋ ਸਵਸਥ ਰਹੋ ਆਪਣਾ ਅੱਛਾ ਲਾਈਫ ਅੱਛੀ ਇੰਜੋਏ ਕਰੋ ਅਤੇ ਅੱਜ ਫਿਰ ਯਾਤਰਾ ਜੋ ਭਾਈ ਸਾਹਿਬ ਹੋਣਾ ਨੇ ਵੀ ਪੈਦਲ ਕਰ ਲਈ ਬਹੁਤ ਖੁਸ਼ੀ ਹੋਈ ਹੋਣੀ ਤੁਹਾਨੂੰ ਮੈਂ ਤਾਂ ਕਹਿ ਰਹੀ ਹਾਂ ਮੈਂ ਕਿਹਾ ਮੈਂ ਜਿਸ ਜਗ੍ਹਾ ਜੁੜੀ ਹਾਂ ਮੈਂ ਉਹਦੇ ਨਾਲ ਹੀ ਆ ਜਾਂਦੀ ਅੱਗੇ ਤੋਂ 3-4 ਵਾਰੀ ਹੋ ਜਾ ਕੇ ਚੁੱਕੀ ਹਾਂ ਅਤੇ ਆ ਜਾਨੂੰ ਵੀ ਪੂਰਾ ਕਰਾ ਦਿੱਤਾ ਨਹੀਂ ਤਾਂ ਇਹ ਤਾਂ ਬਿਲਕੁਲ ਹਾਰ ਬਿਲਕੁਲ ਵਾਈਫ ਮੇਰੀ ਜਿਹੜੀ ਨਾ ਭਾਰਤੀ ਯੋਗ ਸੰਸਥਾਨ ਨਾਲ ਜੁੜੀ ਹੋਈ ਹੈ ਅਤੇ ਅੱਜ ਦੇ ਡੇਟ ਦੇ ਅੰਦਰ ਨਾ ਬੜੇ ਨਾ ਫੈਮਿਲੀ ਦੇ ਅੰਦਰ ਨਾ ਲੋਕ ਜਿਹੜੇ ਹੈਗੇ ਨੇ ਪੇਰੈਂਟਸ ਇੱਥੇ ਇਕੱਲੇ ਹੈਗੇ ਨੇ ਬੱਚੇ ਕੋਈ ਕੈਨੇਡਾ ਆਸਟ੍ਰੇਲੀਆ ਅਤੇ ਕਈ ਲੋਕ ਨਾ ਡਿਪਰੈਸ਼ਨ ਦੇ ਅੰਦਰ ਆ ਜਾਂਦੇ ਆ ਅਤੇ ਇਹ ਨਾ ਕਈ ਲੋਕਾਂ ਨੂੰ ਨਾ ਖਿੱਚ ਕੇ ਲੈ ਕੇ ਆਉਂਦੀ ਗਿਆ ਵੀ ਯੋਗਾ ਕਰੋ ਯੋਗਾ ਕਰੋ ਉਹਦੇ ਨਾਲ ਨਾ ਕੀ ਹੈਗਾ ਲੋਕਾਂ ਨੂੰ ਪਤਾ ਲੱਗਦਾ ਕਿ ਯੋਗਾ ਦੇ ਨਾਲ ਨਾ ਕਿੰਨਾ ਸਟ੍ਰੈਸ ਜਿਹੜਾ ਸਾਡਾ ਦੂਰ ਹੁੰਦਾ ਅਤੇ ਇਹ ਆਪਣਾ ਮਤਲਬ ਕਈ ਲੋਕਾਂ ਨੂੰ ਬੜਾ ਲੱਗਦਾ ਕਿ ਵੀ ਤੁਸੀਂ ਮੇਰੀ ਬੜੀ ਹੈਲਪ ਕੀਤੀ ਹੈ ਮੈਨੂੰ ਡਿਪਰੈਸ਼ਨ 'ਚੋਂ ਕੱਢਿਆ ਇਹ ਇਹਨੇ ਕੱਢਿਆ ਨਹੀਂ ਇਹ ਮੈਂ ਉਹੀ ਪਹਿਲੇ ਹੁਣੇ ਕਿਹਾ ਮੈਂ ਵਾਹਿਗੁਰੂ ਜਿਹੜੇ ਨੇ ਨਾ ਇਹ ਜ਼ਰੀਆ ਬਣਾ ਰਹੇ ਨੇ ਇਹਨੂੰ ਸੇਵਾ ਦਿੱਤੀ ਆ ਅਸੀਂ ਕੋਈ ਉਹਦੀ ਸੇਵਾ ਦੇ ਨਾ ਪੈਸੇ ਨਹੀਂ ਲੈਂਦੇ ਫਰੀ ਆਫ ਕੋਸਟ ਹੈ ਜਦਕਿ ਸਾਨੂੰ ਨਾ ਕਰੋਨਾ ਟਾਈਮ ਦੇ ਅੰਦਰ ਔਫਰ ਆਇਆ ਕਿ ਸਾਨੂੰ ਆਪਣਾ ਤੁਸੀਂ ਕਰਾਓ ਅਤੇ ਅਸੀਂ ਤੁਹਾਨੂੰ ਨਾ ਆਪਣਾ 5,000 10,000 ਦਿਆਂਗੇ ਅਸੀਂ ਕੁਛ ਨਹੀਂ ਅਸੀਂ ਔਨਲਾਈਨ ਯੋਗਾ ਕਰਾਈ ਸਾਡੇ ਨਾਲ ਇੱਕ ਹੋਰ ਮਤਲਬ ਪੂਰੀ ਟੀਮ ਹੈ ਸਾਡਾ ਟੀਮ ਵਰਕ ਹੈਗੀ ਆ ਹਾਂ ਅਤੇ ਅਸੀਂ ਉਹੀ ਆਪਣਾ ਕਰ ਰਹੇ ਹਾਂ ਜੀ ਵਾਹ ਜੀ ਵਾਹ ਕੀ ਆਵਾਜ਼ ਹੈ ਬਹੁਤ ਹੀ ਖੂਬਸੂਰਤ ਇਹ ਸਾਰਾ ਪਰਿਵਾਰ ਅਤੇ ਨਾਲੇ ਗੂੜਾ ਪਿਆਰ ਅਤੇ ਬਹੁਤ ਸੋਹਣੀ ਯਾਤਰਾ ਹੇਮਕੁੰਟ ਸਾਹਿਬ ਦੀ ਕਰਕੇ ਆਏ ਨੇ ਲਓ ਜੀ ਸੰਗਤਾਂ ਦਰਸ਼ਨ ਕਰਕੇ ਆ ਰਹੀਆਂ ਵੀ ਜੀ ਕਿਵੇਂ ਰਹੀ ਜੀ ਯਾਤਰਾ ਬਹੁਤ ਵਧੀਆ ਮਤਲਬ ਮੈਨੂੰ 14th ਵਾਰੀ ਸੀ ਅੱਛਾ ਜੀ ਪਰ ਐਕਸਪੀਰੀਅੰਸ ਹਰ ਵਾਰੀ ਨਵਾਂ ਹੁੰਦਾ ਨਵਾਂ ਹੁੰਦਾ ਹਾਂ ਇਸ ਵਾਰੀ ਹੋਰ ਵਧੀਆ ਲੱਗਾ ਸੰਗਤ ਬਹੁਤ ਜ਼ਿਆਦਾ ਹਾਂ ਲਾਸਟ ਈਅਰ ਤੋਂ ਬਰਫ਼ ਕਮ ਸੀ ਬਟ ਠੀਕ ਹੈ ਆਨੰਦ ਭਾਈ ਆਨੰਦ ਭਾਈ ਦਰਸ਼ਨ ਸਭ ਕੁਝ ਮਿਲਦਾ ਹੈ ਵਾਹ ਗ੍ਰੀਨਰੀ ਹੈ ਵਾਟਰ ਹੈ
ਸਨੋ ਹੈ, ਨੈਚੁਰਲ ਵੈਦਰ ਸਾਰੇ ਨੂੰ, ਇਸ ਲਈ ਸਾਰਾ ਸਾਰਾ ਸਾਲ ਭਰ ਇੱਕ ਵਾਰੀ ਚਿੰਤਾ ਕੀਤੀ ਜ਼ਰੂਰ ਆਉਣਾ ਚਾਹੀਦਾ। ਸ਼ੁਕਰੀਆ ਭਾਈ ਸਾਹਿਬ। ਥੋੜ੍ਹੇ ਜਿਹੇ ਮਨ ਜਿਹੜਾ ਨਾ ਭਾਈ ਸਾਹਿਬ ਹੋਣਾ ਦਾ ਭਾਵੁਕ ਹੋ ਗਿਆ ਦਰਸ਼ਨ ਕਰਕੇ। ਮਤਲਬ ਇਹ ਮਹਾਰਾਜ ਨਾਲ ਤੁਹਾਡਾ ਪਿਆਰ ਹੈ ਜੀ, ਜਿਹੜਾ ਤੁਸੀਂ ਤੁਹਾਡੀਆਂ ਅੱਖਾਂ ਦੇ ਵਿੱਚ ਨਵੀਂ ਆ ਨਾ, ਇਹ ਪਿਆਰ ਆ, ਇਹ ਇਹ ਮਹਾਰਾਜ ਦਾ ਪਿਆਰ ਹੀ ਤੁਹਾਨੂੰ ਲੈ ਕੇ ਆਉਂਦਾ। ਬਿਲਕੁਲ ਇਹ ਤਾਂ ਹੈ ਜੀ, ਠੀਕ ਹੈ। ਮਤਲਬ ਬਹੁਤ ਬਹੁਤ ਨੇੜੇ ਹੋ ਤੁਸੀਂ ਮਹਾਰਾਜ ਨੂੰ, ਮਤਲਬ ਉਹ ਸਮਝਦੇ ਹੋ ਤੁਹਾਡੇ ਅੰਦਰ ਉਹ ਵਾਈਬ ਆ ਜਿਹੜੀ, ਤੁਸੀਂ ਉੱਤੇ ਜਾ ਕੇ ਮਨ ਭਾਵੁਕ ਹੋ ਜਾਂਦਾ ਬਹੁਤ। ਹੰਝੂ ਆਉਂਦੇ ਨੇ, ਆਉਂਦੇ ਆਉਂਦੇ। ਚਲ ਕਿੱਥੋਂ? ਬਹਾਦਰਗੜ੍ਹ। ਬਹਾਦਰਗੜ੍ਹ ਤੋਂ? ਇਕੱਲੇ ਆਏ ਹੋ? ਨਹੀਂ ਨਹੀਂ, ਫੈਮਿਲੀ ਨਾਲ। ਫੈਮਿਲੀ ਨਾਲ ਸਾਨੇ ਗਾ, ਇੱਕ ਸਟੂਡੈਂਟ ਹੈ ਮੇਰਾ, ਵਾਈਫ ਨਾਲ ਲੱਗੇ। ਥੈਂਕ ਯੂ। ਤਾਂ ਤੁਸੀਂ ਦੇਖਿਆ ਬਹੁਤ ਭਾਵੁਕ ਹੋ ਗਏ ਭਾਈ ਸਾਹਿਬ, ਅਤੇ ਤੁਸੀਂ ਦੇਖੋ ਸੰਗਤਾਂ ਜਿਹੜੀਆਂ ਨੇ ਜੈਕਾਰੇ ਛੱਡਦੀਆਂ ਆ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਦੇ ਜੈਕਾਰੇ ਜਿਹੜੇ ਆ ਚੱਲਦੇ ਆ ਰਹੇ ਨੇ।